ਹੈਲੋ ਸਟੂਡੈਂਟਸ ਅੱਜ ਆਪਾਂ 5th ਕਲਾਸ ਦੀ ਪੰਜਾਬੀ ਦੀ ਪਾਠਮਾਲਾ ਬੁੱਕ ਦਾ ਫਰਸਟ ਚੈਪਟਰ ਰੀਡ ਕਰਾਂਗੇ ਸਭ ਤੋਂ ਪਹਿਲਾਂ ਬੁੱਕ ਦੇਖ ਲਵੋ ਬੁੱਕ ਦਾ ਜੋ ਟਾਈਟਲ ਹੈ ਉਹ ਹੈ ਨਵ ਅਮਰਦੀਪ ਪੰਜਾਬੀ ਪਾਠਮਾਲਾ ਭਾਗ ਪਹਿਲਾ ਠੀਕ ਹੈ ਪੰਜਾਬੀ ਦੀਆਂ ਦੋ ਬੁੱਕਸ ਲੱਗੀਆਂ ਹੋਈਆਂ 5th ਕਲਾਸ ਦੇ ਵਿੱਚ ਇੱਕ ਹੈ ਵਿਆਕਰਨ ਦੀ ਔਰ ਦੂਸਰੀ ਹੈ ਰੀਡਰ ਬੁੱਕ ਠੀਕ ਹੈ ਇਹਦਾ ਆਪਾਂ ਫਰਸਟ ਚੈਪਟਰ ਅੱਜ ਹੈ ਜੋ ਰੀਡ ਕਰਾਂਗੇ ਫਰਸਟ ਚੈਪਟਰ ਕਿਹੜਾ ਹੈ ਇਹਦਾ ਮਾਂ ਬੋਲੀ ਮਾਂ ਬੋਲੀ ਪਾਠ ਦਾ ਉਦੇਸ਼ ਕੀ ਹੈ ਮਾਂ ਬੋਲੀ ਇੱਕ ਕਵਿਤਾ ਇਹਦਾ ਉਦੇਸ਼ ਕੀ ਹੈ ਮਾਂ ਬੋਲੀ ਪੰਜਾਬੀ ਦੇ ਗੁਣਾਂ ਦਾ ਬਿਆਨ ਕਰਕੇ ਬੱਚਿਆਂ ਦੇ ਦਿਲਾਂ ਵਿੱਚ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨਾ ਇਸ ਕਵਿਤਾ ਦਾ ਉਦੇਸ਼ ਇੱਕੀ ਹੈ ਮਾਂ ਬੋਲੀ ਬਾਰੇ ਬੱਚਿਆਂ ਨੂੰ ਜਾਣੂ ਕਰਾਉਣਾ ਤੇ ਉਹਦੇ ਬਾਰੇ ਉਹਦੇ ਗੁਣਾਂ ਬਾਰੇ ਦੱਸ ਕੇ ਉਹਨਾਂ ਦੇ ਦਿਲ ਵਿੱਚ ਮਾਂ ਬੋਲੀ ਪ੍ਰਤੀ ਪਿਆਰ ਦੀ ਸਤਿਕਾਰ ਦੀ ਭਾਵਨਾ ਦਾ ਪੈਦਾ ਕਰਨਾ ਹੁਣ ਆਪਾਂ ਕਵਿਤਾ ਪੜਾਂਗੇ ਦੇਖੋ ਅਸੀਂ ਹਾਂ ਨੰਨੇ ਫੁੱਲ ਗੁਲਾਬੀ ਮਾਂ ਬੋਲੀ ਸਾਡੀ ਪੰਜਾਬੀ ਹਰ ਵੇਲੇ ਜਸ ਇਹਦਾ ਗਾਈਏ ਜੱਗ ਵਿੱਚ ਇਸਦਾ ਮਾਣ ਵਧਾਈਏ ਕੀ ਦੱਸਿਆ ਗਿਆ ਸਟੈਂਜਾ ਦੇ ਵਿੱਚ ਅਸੀਂ ਛੋਟੇ ਛੋਟੇ ਫੁੱਲ ਹਾਂ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਪੰਜਾਬੀ ਹੈ ਸਾਨੂੰ ਹਰ ਵੇਲੇ ਇਹਦੇ ਗੁਣ ਗਾਉਣੇ ਚਾਹੀਦੇ ਹਨ ਇਹਦਾ ਜਸ ਗਾਉਣਾ ਚਾਹੀਦਾ ਹੈ ਜੱਗ ਵਿੱਚ ਦੁਨੀਆ ਵਿੱਚ ਸਾਨੂੰ ਇਹਦਾ ਵੱਖਰਾ ਰੁਤਬਾ ਬਣਾਉਣਾ ਚਾਹੀਦਾ ਹੈ ਇਹਦਾ ਮਾਣ ਵਧਾਉਣਾ ਚਾਹੀਦਾ ਹੈ ਮਾਂ ਬੋਲੀ ਵਿੱਚ ਦਾਦੀ ਗਾਉਂਦੀ ਰਾਤੀ ਸਾਨੂੰ ਬਾਤ ਸੁਣਾਉਂਦੀ ਬਾਤਾਂ ਸੁਣਦੇ ਅੱਖ ਨਾ ਲਾਈਏ ਜੱਗ ਵਿੱਚ ਇਸਦਾ ਮਾਣ ਵਧਾਈਏ ਜਿਹੜੀ ਮਾਂ ਬੋਲੀ ਹੈ ਇਹਦੇ ਵਿੱਚ ਹੀ ਦਾਦੀ ਮਾਂ ਸਾਨੂੰ ਰਾਤ ਨੂੰ ਬਾਤਾਂ ਸੁਣਾਉਂਦੀ ਹੈ ਗੀਤ ਸੁਣਾਉਂਦੀ ਹੈ ਬਾਤਾਂ ਸੁਣਦੇ ਸਾਨੂੰ ਨੀਂਦ ਵੀ ਨਹੀਂ ਆਉਂਦੀ ਮਾਂ ਬੋਲੀਏ ਜਿਹੜੀ ਇਹਦਾ ਜੱਗ ਵਿੱਚ ਸਾਨੂੰ ਮਾਣ ਵਧਾਉਣਾ ਚਾਹੀਦਾ ਮਾਂ ਬੋਲੀ ਜਿੰਦਜਾਨ ਸਾਡੀ ਹੈ ਪੰਜਾਬੀ ਸ਼ਾਨ ਆ ਸਾਡੀ ਇਸ ਤੋਂ ਜਿੰਦੜੀ 꼴 ਕਮਾਈਏ ਜੱਗ ਵਿੱਚ ਇਸ ਦਾ ਮਾਣ ਵਧਾਈਏ ਜਿਹੜੀ ਮਾਂ ਬੋਲੀ ਪੰਜਾਬੀ ਹੈ ਇਹ ਸਾਡੀ ਜਿੰਦਜਾਨ ਹੈ ਇਹ ਸਾਡੀ ਸ਼ਾਨ ਹੈ ਇਸ ਤੋਂ ਸਾਨੂੰ ਜਿੰਦੜੀ ਹੈ ਜਿਹੜੀ ਉਹ ਕੁਰਬਾਨ ਕਰ ਦੇਣੀ ਚਾਹੀਦੀ ਹੈ ਜਿੰਦੜੀ 꼴 ਕਮਾਣੀ ਚਾਹੀਦੀ ਹੈ ਤੇ ਜੱਗ ਵਿੱਚ ਇਸ ਦਾ ਮਾਣ ਵਧਾਉਣਾ ਚਾਹੀਦਾ ਏ ਦੇ ਵਿੱਚ ਮਾਂ ਇਹ ਦੇ ਵਿੱਚ ਮਾਂ ਦੇਵੇ ਲੋਰੀ ਇਹ ਹੈ ਮਿੱਠੀ ਦੁੱਧ ਕਟੋਰੀ ਸੁਣ ਕੇ ਗੂੜੀ ਨੀਂਦ ਸੌਂ ਜਾਈਏ ਜੱਗ ਵਿੱਚ ਇਸ ਦਾ ਮਾਣ ਵਧਾਈਏ ਜਿਹੜੀ ਮਾਂ ਬੋਲੀ ਹੈ ਇਹਦੇ ਵਿੱਚ ਹੀ ਸਾਨੂੰ ਮਾਂ ਜਿਹੜੀ ਲੋਰੀ ਦਿੰਦੀ ਹੈ ਰਾਤ ਨੂੰ ਸਲਾਉਣ ਵੇਲੇ ਗਾਇਆ ਜਾਣ ਵਾਲਾ ਗੀਤ ਹੈ ਜਿਹਨੂੰ ਲੋਰੀ ਕਹਿੰਦੇ ਆ ਇਹ ਹੈ ਮਿੱਠੀ ਦੁੱਧ ਕਟੋਰੀ ਇਹ ਦੁੱਧ ਦੀ ਕਟੋਰੀ ਵਾਂਗੂ ਮਿੱਠੀ ਹੈ ਸੁਣ ਕੇ ਗੂੜੀ ਨੀਂਦ ਸੌ ਜਾਈਏ ਮਾਂ ਦੀ ਲੋਰੀ ਸੁਣ ਕੇ ਬੱਚਾ ਜਿਹੜਾ ਗੂੜੀ ਗਹਿਰੀ ਨੀਂਦ ਸੌ ਜਾਂਦਾ ਹੈ ਜੱਗ ਵਿੱਚ ਇਸ ਦਾ ਮਾਣ ਵਧਾਈਏ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਇਹਨੇ ਪੁਸਤਕ ਮੇਰੀ ਸ਼ਿੰਗਾਰੀ ਮਾਂ ਬੋਲੀ ਵਿੱਚ ਕਵਿਤਾ ਗਾਈਏ ਜੱਗ ਵਿੱਚ ਇਸ ਦਾ ਮਾਣ ਵਧਾਈਏ ਜਿਹੜੀ ਮਾਂ ਬੋਲੀ ਹੈ ਸਾਨੂੰ ਜਾਨ ਤੋਂ ਵੀ ਵੱਧ ਪਿਆਰੀ ਹੈ ਇਹ ਨੇ ਜਿਹੜਾ ਮੇਰੀ ਪੁਸਤਕ ਦਾ ਸ਼ਿੰਗਾਰ ਕੀਤਾ ਹੈ ਮੇਰੀ ਪੁਸਤਕ ਨੂੰ ਸਜਾ ਦਿੱਤਾ ਹੈ ਮਾਂ ਬੋਲੀ ਵਿੱਚ ਕਵਿਤਾ ਸਾਨੂੰ ਗਾਉਣੀ ਚਾਹੀਦੀ ਹੈ ਜਗ ਵਿੱਚ ਇਸ ਦਾ ਮਾਣ ਵਧਾਉਣਾ ਚਾਹੀਦਾ ਹੈ ਠੀਕ ਹੈ نیچے ਸ਼ਬਦ ਭੰਡਾਰ ਦੇ ਵਿੱਚ ਵਰਡ मीनिंग ਦਿੱਤੇ ਹੋਏ ਹੈ ਮੈਂ ਨਾਲ-ਨਾਲ ਡਿਕਟੇਟ ਕੀਤੇ ਹੈ ਬੱਚੋ ਤੁਸੀਂ ਵਰਡ मीनिंग ਔਰ ਕੁਐਸਚਨ ਆਨਸਰ ਕੁਐਸਚਨ ਆਨਸਰ ਤੁਹਾਨੂੰ ਨੋਟਸ ਤੇ ਥਰੂ ਪ੍ਰੋਵਾਈਡ ਕਰਵਾਏ ਜਾਣਗੇ ਬੁੱਕ ਵਰਕੇ ਜਿਹੜਾ ਉਹ ਤੁਸੀਂ ਬੁੱਕ ਦੇ ਵਿੱਚ ਹੀ ਕਰਨਾ ਹਰੇਕ ਲੈਸਨ ਦਾ ਔਰ ਜਿਹੜੇ ਵਰਡ मीनिंग ਤੇ ਪਾਠਮਾਲਾ ਰੀਡਰ ਬੁੱਕ ਦੇ ਸਪੈਸ਼ਲੀ ਕੁਐਸਚਨ ਆਨਸਰ ਹੈ ਇਹ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਕਰਨੇ ਆ ਫੇਅਰ ਨੋਟਬੁੱਕ ਮੇਨਟੇਨ ਕਰੋਗੇ ਇਸ ਚੀਜ਼ ਵਾਸਤੇ ਕੀ ਕਰਨਾ ਹੈ ਜਿਹੜੇ ਵਰਡ मीनिंग ਤੇ ਕੁਐਸਚਨ ਆਨਸਰ ਹੈ ਇਹ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਕਰਨੇ ਆ ਠੀਕ ਹੈ ਬਾਕੀ ਸਾਰਾ ਕੁਝ ਹੈਜ਼ ਇਟ ਬੁੱਕਵਰਕ ਬੁੱਕ ਦੇ ਵਿੱਚ ਹੀ ਕਰਨਾ ਹੈ ਵਿਆਕਰਨ ਦੀ ਨੋਟਬੁੱਕ ਲਗਾਉਣ ਦੀ ਜਰੂਰਤ ਨਹੀਂ ਹੈ ਵਿਆਕਰਨ ਦਾ ਤੁਸੀਂ ਸਿਰਫ ਬੁੱਕ ਦੇ ਵਿੱਚ ਹੀ ਕਰਨਾ ਸੋ ਇਹ ਆਪਣਾ ਲੈਸਨ ਅੰਤ ਮਾਂ ਬੋਲੀ ਥੈਂਕ ਯੂ ਟੇਕ ਕੇਅਰ ਸਟੇ ਸੇਫ